ਦਾ ਸ਼ੁਕਰ ਹੈ ਜੀ ਰੱਟੇ ਨੇ ਲੋਕਾਂ ਬਰਖਾਸ ਕਰੀ ਤਾਂ ਅਲਹਮਦੁਲਿਲਾ ਔਰ ਸਾਰੇ ਬੰਦੇ ਅੱਛੇ ਇਨਸਾਨ ਨੇ ਚੰਗੇ ਬੰਦੇ ਤਾਂ ਇਨਸ਼ਾਅੱਲਾ ਸਾਰੇ ਤਕਰੀਬਨ ਹੀ ਇੰਗਲੈਂਡ 'ਚ ਹੀ ਹੋਣੇ ਯੂਕੇ 'ਚ ਹੀ ਹੋਣੇ ਅਤੇ ਨਾਲੇ ਅਰਸੇ ਨਾਲ ਸਿਲਸਿਲਾ ਚੱਲਣਾ ਪਿਆ ਜਿੱਧਰ ਵੀ ਸੋ ਇਨਸ਼ਾਅੱਲਾ ਤੱਕ ਸੋ ਨਾਲ ਕੋਠੀਆਂ ਹੀ ਬਣਨੀਆਂ ਪਈਆਂ ਜਿਹੜੀਆਂ ਰਹਿਣੀਆਂ ਸੀਗੀਆਂ ਉਹ ਵੀ ਹੁਣ ਬਣੀ ਰਹੀਆਂ ਅਲਹਮਦੁਲਿਲਾ ਦਿਨ ਬ ਦਿਨ ਹਾਲਾਤ ਅੱਛੇ ਹੋਣੇ ਚਾਹੀਦੇ पहले पूरे रट्टा फिर थोड़ी कोठे खूबसूरत नज़ारे कर कोशिश होनी जिस जगह पर जाए या जिस इलाके जाए उस जगह से कोई भाई या दोस्त वगैरह मिली जाए जिससे रहनमई कर एक भाई मिले पैसा जिन्होंने सलाम दुआ करने असल वालेकुम सलाम जी हाल भजन ठीक हो जी अलहमदुलिल्लाह भजन सब से पैसा अपना नाम दसो ना जी तजवीर नाम तो भजन सर इतना रिहायशी हो जी अलहमदुल्लाह रट्टे नहीं है जी ये भी रट्टे बिच ये रट्टे बिच डूंगी इस जगह का नाम डूंगी रट्टे बिच जाने तो सन ग्रां का नाम है मल्ला रेमानी मल्ला रेमानी तो यह दसो कि असा इस चाप किस चाप खलते हैं ये असा डूंगी खलते हैं ब्रूटियाँ रोड पर यह डूंगी है इस जगह
ਇਹ ਦੱਸੋ ਸਾ ਕਿ ਓਵਰਆਲ ਤਾਂ ਕਿਆ ਮਾਸ਼ਾਅੱਲਾ ਜੀ ਰੱਟਾ 'ਚ ਬਹੁਤ ਜ਼ਿਆਦਾ ਕੋਠੀਆਂ ਇਸ ਦਿਨ ਤੱਕ ਮਾਸ਼ਕਾ ਤਰ੍ਹਾਂ ਚਾਰ ਕੋਠੀਆਂ ਇਹ ਕੋਠੀ ਕੁਛ ਨਹੀਂ ਹੈ ਇਹ ਚੋਈ ਸਗਾਵ ਸਾਹਿਬ ਰਾਣੀ ਕੋਠੀ ਹੈ ਇੱਥੇ ਹੀ ਰਹਿਣੇ ਚੋਈ ਸਗਾਵ ਸਾਹਿਬ ਇੰਗਲੈਂਡ ਨੇ ਆਏ ਹੋਏ ਇੱਥੇ ਹੀ ਰਹਿਣੇ ਉਹਨਾਂ ਨਹੀਂ ਆਏ ਚੋਈ ਸਗਾਵ ਸਾਹਿਬ ਉਹਨਾਂ ਨੂੰ ਨਾ ਆਏ ਤਾਂ ਅਕਸਰ ਸੁਣਤਾ ਜਾਂ ਜੀ ਹਦਮਬਾਦ ਕੰਡੋਰ ਇੱਥੇ ਸਭ ਤੋਂ ਜ਼ਿਆਦਾ ਤੱਕਿਆ ਜਾਂਦਾ ਕੋਠੀਆਂ ਬਾਜ਼ਾਰ ਰੱਟੇ ਹੈ ਅਲਹਮਦੁਲਿਲਾ ਬਸ ਅੱਲਾ ਦਾ ਸ਼ੁਕਰ ਹੈ ਜੀ ਰੱਟੇ ਨੇ ਲੋਕਾਂ ਬਰਖਾਸ ਕਰੀ ਤਾਂ ਅਲਹਮਦੁਲਿਲਾ ਔਰ ਸਾਰੇ ਬੰਦੇ ਅੱਛੇ ਇਨਸਾਨ ਨੇ ਚੰਗੇ ਬੰਦੇ ਇਨਸ਼ਾਅੱਲਾ ਸਾਰੇ ਤਕਰੀਬਨ ਹੀ ਇੰਗਲੈਂਡ 'ਚ ਹੀ ਹੋਣੇ ਯੂਕੇ 'ਚ ਹੀ ਹੋਣੇ ਅਤੇ ਨਾਲੇ ਅਰਸੇ ਨਾਲ ਸਿਲਸਿਲਾ ਚੱਲਣਾ ਪਿਆ ਜਿੱਧਰ ਵੀ ਸੋ ਇਨਸ਼ਾਅੱਲਾ ਤੱਕ ਸੋ ਨਾ ਕੋਠੀਆਂ ਹੀ ਬਣੀਆਂ ਪਈਆਂ ਜਿਹੜੀਆਂ ਰਹਿਣੀਆਂ ਸੀਗੀਆਂ ਉਹ ਵੀ ਹੁਣ ਬਣੀ ਰਹੀਆਂ ਅਲਹਮਦੁਲਿਲਾ ਦਿਨ ਬ ਦਿਨ ਹਾਲਾਤ ਅੱਛੇ ਹੋਣੇ ਚਾਹੀਦੇ ਸਾਰਿਆਂ ਨੇ ਇੱਥੇ ਜ਼ਿਆਦਾ ਆਬਾਦੀ ਯੂਕੇ ਵਿੱਚ ਹੈ ਜੀ ਹਾਂ ਜ਼ਿਆਦਾ ਬੰਦੇ ਯੂਕੇ ਨੇ ਤਾਂ ਇਸ ਤਰ੍ਹਾਂ ਸੁਲਾ ਵਾ ਤੁਹਾਨੂੰ ਦੱਸੋ ਕਿ ਇੱਥੇ ਟੋਟਲ ਤੁਸੀਂ ਕਿੰਨੀ ਬਲਾਦਰੀਆਂ ਇੱਥੇ ਰੱਟੇ 'ਚ ਬਸਦੀਆਂ ਹਨ ਬਲਾਦਰੀਆਂ ਤਾਂ ਮੁਖਤਲਿਫ ਕਾਫੀ ਆ ਨਾ ਜੀ ਕਿਤੇ ਹਰ ਬਲਾਦਰੀ ਹੈ ਰੱਟੇ ਕਿਤੇ ਟੋਕਾਂ ਆ ਢੋਕਾਂ ਰੱਟੇ 'ਚ ਕਾਫੀ ਬਣੀ ਜਾਣੀਆਂ ਜਨਾਬ ਜੇ ਇਸ ਹਿਸਾਬ ਕਰੋ ਤਾਂ ਤਕਰੀਬਨ 10-15 ਬਣੀ ਜਾਣੀਆਂ 10-15 ਢੋਕਾਂ ਬਣੀ ਜਾਣੀਆਂ ਜੀ ਰੱਟੇ ਵਿੱਚ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਕਿਹੜੇ ਗ੍ਰਾਂ 'ਚ ਇੱਥੇ ਕੋਠੀਆਂ ਵਗੈਰਾ ਆ ਮਤਲਬ ਬਾਹਰ ਜਗ੍ਹਾ ਪਰ ਹੋਈਆਂ ਬਸ ਪਿੱਛੇ ਕੁਝ ਗ੍ਰਾਂ ਤੱਕ ਜਿਹੜੇ ਸਭ ਤੋਂ ਜ਼ਿਆਦਾ ਓਵਰਆਲ ਮੱਲੇ ਕੋਠੀਆਂ ਅਸਾਂ ਹੁਣ ਅਸਾਂ ਤਾਂ ਇਹ 22 ਸਕਣੇ ਅਸਾਂ ਰੱਟਾ ਰਹਿਣੇ ਤਾਂ ਅਸੀਂ ਤਕਰੀਬਨ ਰੱਟਾ ਜ਼ਿਆਦਾ ਲੱਗਣੀ ਰੱਟਾ ਜ਼ਿਆਦਾ ਅਸਾਂ ਅੱਗੇ ਪਿੱਛੇ ਗਏ ਨਾ ਇਤਨੇ ਹਾਂਜੀ ਪਰ ਅਸਾਂ ਇਸ ਲਿਹਾਜ਼ ਨਾਲ ਇੱਥੇ ਸਭ ਕੋਲੋਂ ਜ਼ਿਆਦਾ ਹੈ ਸਭ ਕੋਲੋਂ ਜ਼ਿਆਦਾ ਹੈ ਅਲਹਮਦੁਲਿਲਾ ਤੇ ਔਰ ਅਸਾਂ ਸਾਰੀ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲਾਸਟ ਉੱਪਰ ਬਸ ਜੀ ਮੈਸੇਜ ਹੀ ਆਈ ਹੈ ਜੀ ਤੁਸੀਂ ਭਰਾ ਸੁਣੇ ਹੋ ਤੱਕਣੇ ਸੁਣੇ ਹੋ ਫਿਲਮਾਂ ਬਣਾਉਣੇ ਹੋ ਔਰ ਸਾਰਿਆਂ ਕੀ ਦੱਸਣੇ ਹੋ ਹਰ ਬੰਦਾ ਤੱਕੀ ਤਾਂ ਖੁਸ਼ ਹੋਣਾ ਜੀ ਹਰ ਬੰਦਾ ਤੱਕਣਾ ਔਰ ਲਾਈਕ ਕਰਨਾ ਅਲਹਮਦੁਲਿਲਾ ਸਾਨੀ ਮਿਹਰਬਾਨੀ ਹੈ ਸਾਰਾ ਕੋਈ ਦੱਸਣੇ ਹੋ ਹਰ ਬੰਦੇ ਕੀ ਲੋਕ ਦੂਰ ਰਹਿਣੇ ਕੈਨੇਡਾ ਵਿੱਚ ਤੱਕਣੇ ਦਾ ਔਰ ਖੁਸ਼ ਹੋਣਾ ਆਪੇ ਲੱਗਦਾ ਤੁਸੀਂ ਵੀਡੀਓ ਬਣਾਉਣੇ ਹੋ ਤਾਂ ਮੁੜੀ ਸਾਂ ਜਨਾਬ ਜਿਹੜੇ ਅਸਾਂ ਨੇ ਚਾਹਣੇ ਲੈਣ ਉਹ ਮੁੜੀ ਅਸੀਂ ਕਲਿੱਪ ਕੱਢੀ ਨਾ ਮੁੜੀ ਸਾਡੇ ਸੈਂਡ ਕਰ ਦੇਣਾ ਜੀ ਤੱਕੋ ਸਾਂ ਫਲਾਣੇ ਜਿਹਾ ਇੰਟਰਵਿਊ ਦਿੱਤਾ ਆਪਣਾ ਬਿਲਕੁਲ ਅਸੀਂ ਤਾਂ ਪਤਾ ਹੋਣਾ ਪਰ ਖੁਸ਼ੀ ਨਾਲ ਮੁੜੀ ਅਸਾਂ ਨੇ ਪਏ ਨੇ ਜੀ ਇੱਕ ਜਿਹੜੇ ਬੈਰੂਨੇ ਮੁਲਕੀ ਚੋਣੇ ਆਪਣੇ ਲੱਗੇ ਆਪੇ ਗ੍ਰਾਂਡ ਵੀਡੀਓ ਤੱਕ ਕੀ ਬਹੁਤ ਖੁਸ਼ ਹੋਣੇ ਬਹੁਤ ਜ਼ਿਆਦਾ ਖੁਸ਼ ਹੋਣੇ ਜੀ ਉਹ ਇਥੋਂ ਕਈਆਂ ਸਾਲਾਂ ਤੋਂ ਦੂਰ ਹੋਣੇ ਉਹਨਾਂ ਕੀ ਆਪੇ ਜ਼ਿੰਦਗੀ ਦੀ ਕਮਾਈ ਇੱਥੇ ਲਾਈ ਹੋਣੀ ਹੈ ਜੀ ਜੀ ਬਿਲਕੁਲ ਤੇ ਅਸੀਂ ਇਹ ਕੋਸ਼ਿਸ਼ ਕਰਨੀ ਹੈ ਜਿਸ ਇਲਾਕੇ ਜਿਸ ਗ੍ਰਾਮ ਵਿੱਚ ਜਾਂ ਉੱਥੇ ਕੋਈ 2000 ਮਿਲੀ ਜਾਏ ਜਿਹੜਾ ਅਸੀਂ ਇਸ ਬਾਰੇ ਨਿਰਮਾਣ ਕਰਾਂ ਜੀ ਜ਼ਰੂਰ ਅਸਾਂ ਚਾਹ ਸਾਂ ਹੁਣ ਅੱਗੇ ਅੱਗੇ ਖੂਬਸੂਰਤ ਜਿਹੇ ਨਜ਼ਾਰੇ ਆਪਣੇ ਦੋਸਤਾਂ ਪੈਣਾ ਪ੍ਰਾਂਕ ਵੀ ਦੱਸਣੇ ਆ ਠੀਕ ਹੈ ਭਾਈ ਜਾਨ ਬਹੁਤ ਮਿਹਰਬਾਨੀ ਜਨਾਬ ਸ਼ੁਕਰੀਆ ਸਰ ਬੜੀ ਮਿਹਰਬਾਨੀ
उम्मीद करता आज की वीडियो में दोस्तों भैन भ्रा की बहुत पसंद आई थी। दोस्तों का भैन भ्राओं इंसान जातक जिंदगी वफा की एक नई वीडियो दोस्तों का भैन भ्रा ने खिदमत हाजिर हो सला सुनने वाले।